ਹਾਲੀ ਹਾਂਜੀ ਓ ਯਾਰ ਭੁੱਖ ਬੜੀ ਲੱਗੀ ਆ ਰੋਟੀ ਲੈ ਕੇ ਆ ਓ ਹੋ ਰੋਟੀ ਤਾਂ ਪਾ ਰਹੀ ਆ ਮੈਂ ਅੱਛਾ ਲੈ ਆ ਲੈ ਆ ਔਰ ਮੈਂ ਤਾਂ ਆ ਭੁੱਖ ਲੱਗੀ ਪਈ ਆ ਤੁਹਾਡੇ ਨਾਲ ਮੈਂ ਵੀ ਖਾ ਲੂੰਗੀ ਓ ਬੱਲੇ ਬੱਲੇ ਆ ਤਾਂ ਦਾਲ ਬਣਾਈ ਆ ਹੈ ਹੋਰ ਠੱਡੀ ਪਸੰਦ ਦੀ ਹੈ ਪਾਲੀ ਲੱਸੀ ਲੁੱਸੀ ਲੈ ਕੇ ਆਈ ਨਾ ਜੀ ਬਣਾਈ ਨਹੀਂ ਹੈਗੀ ਮੈਨੇ ਕਿਆ ਕੀ ਕਰਾਂ ਮੱਝਾਂ ਦੁੱਧ ਘੱਟ ਦੇ ਰਹੀਆਂ ਨੇ ਅੱਜ ਕੱਲ ਅੱਛਾ ਚਲੋ ਕੋਈ ਨਹੀਂ ਦੋ ਤਿੰਨ ਦਿਨਾਂ ਦਾ ਇਕੱਠਾ ਕਰਕੇ ਰੱਖ ਲੈਣੀ ਆ ਦੁੱਧ ਫਿਰ ਮੈਂ ਪਰਸੋਂ ਬਣਾ ਦੂੰਗੀ ਚਾ ਠੀਕ ਆ ਅੱਜ ਮੈਂ ਸਨਿਆਰੇ ਜਾਣਾ ਤੇਰੇ ਵਾਸਤੇ ਝੁੰਕੇ ਕਰਵਾਏ ਆ ਸੱਚੀ ਹਾਂ ਫਿਰ ਕਦੋਂ ਲਿਆ ਕੇ ਦੋਗੇ ਬਸ ਪਰਸੋਂ ਦਾ ਪਹੁੰਚ ਜਾਣੇ ਪੱਕਾ ਪੱਕਾ ਖੁਸ਼ ਹਾਂ ਪੂਰੀ ਖੁਸ਼ ਹੈ ਦਿਖਾ ਰੋਟੀ ਖਾ ਤੁਸੀਂ ਵੀ ਖਾ ਲਓ ਨਾਲੇ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਗੁੱਡੋ ਦਾ ਵਿਆਹ ਤੈਅ ਕਰਤਾ ਹੁਣ ਮੈਂ ਕੱਪੜੇ ਲੈ ਕੇ ਆਣੇ ਨਾਲੇ ਮੈਂ ਆਪਦੇ ਵਾਸਤੇ ਲਿਆਉਂ ਨਾਲੇ ਗੁੱਡੋ ਦੇ ਵੀ ਦੋ ਤਿੰਨ ਸੂਟ ਲੈ ਆਵਾਂਗੇ ਆਪਾਂ ਲੈ ਇੱਕੋ ਇੱਕ ਤਾਂ ਸਾੜੀ ਹੈ ਮੇਰੀ ਉਹਦੇ ਵਿਆਹ ਦਾ ਚਾ ਨਹੀਂ ਕਰਾਂਗੇ ਉਹਦੀ ਕੀ ਤੇ ਕਰਾਂਗੇ ਫਿਰ ਕਦੋਂ ਲੈ ਕੇ ਆਣੇ ਨੇ ਕੱਪੜੇ ਮਹਾਰਾਜ ਜਦੋਂ ਕਹੋ ਤੁਸੀਂ ਫਿਰ ਕੱਲ ਨੂੰ ਨਾ ਚੱਲ ਪਈ ਆਪਾਂ ਕੱਲ ਸਵੇਰੇ ਚੱਲਦੇ ਆਂ ਜਿਹੜੇ ਸੂਟ ਤੇ ਹੱਥ ਰੱਖੇਗੀ ਉਹੀ ਦਵਾਉਂਗਾ ਜਿੰਨਾ ਮਰਜ਼ੀ ਮਹਿੰਗਾ ਹੋਵੇ ਆਪਾਂ ਸਵੇਰੇ ਚੱਲਾਂਗੇ ਜਲਦੀ ਤਿਆਰ ਹੋ ਜਾ ਮੈਂ ਵੀ ਕੰਮ ਕੰਮ ਜਲਦੀ ਨਿਬੇੜ ਲੂ ਕਿਤੇ ਕੱਲ ਫਿਰ ਨੰਨਾ ਮਾਰ ਦੇ ਮੈਂ ਤਾਂ ਕਿਤੇ ਹੋਰ ਕੰਮ ਚੱਲਿਆ ਦੇਖ ਕੇ ਮੈਂ ਸ਼ਰਮਲਾ ਰੱਖੀ ਹੈ ਜੀ ਇਹਨਾਂ ਦੋਨਾਂ ਜਣਿਆਂ ਨੂੰ ਨਾਲ ਬੈ ਕੇ ਰੋਟੀ ਖਾਂਦੇ ਆ ਵੀ ਵੱਡੇ ਵੱਡੇ ਜਵਾਕ ਹੋ ਰਹੇ ਹਾਣ ਦੇ ਫਿਰ ਵੀ ਰੋਟੀ ਨਾਲ ਹੀ ਖਾਂਦੇ ਆ ਭਾਂਡੇ ਮਾਂਜਣ ਨੂੰ ਮੈਨੂੰ ਨੌਕਰਾਨੀ ਸਮਝ ਰੱਖੀ ਵੀ ਇਹਦੀ ਮਾਂ ਨੂੰ ਮਾਂ ਦੇਈ ਜਾਉਣੀ ਆਪਣੇ ਤਾਂ ਕੁਛ ਕਰਨਾ ਨਹੀਂ ਜਦੋਂ ਦੇਖੋ ਦੋਨੋਂ ਜਣੀ ਮਿਲ ਕੇ ਰੋਟੀ ਖਾਣ ਨੂੰ ਬਹਿੰਦੇ ਅਸੀਂ ਵੀ ਤਾਂ ਹੈਗੇ ਆ ਅਸੀਂ ਕਿਹੜਾ ਖਾਂਦੇ ਆ ਅਕਲ ਹੋਵੇ ਤਾਂ ਨਹੀਂ ਅਕਲ ਤਾਂ ਘੋੜਾ ਨਹੀਂ ਹੈਗੀ ਲੈ ਪ੍ਰਤੀ ਆ ਵੀ ਪਲੇਟ ਮਾਰਦੀ ਔਰ ਸਾਨੂੰ ਤਾਂ ਐ ਹੁੰਦਾ ਵੀ ਤੈਨੂੰ ਇੰਨੇ ਭਾਂਡੇ ਨਾ ਮਾਜੇ ਬਸ ਤੇ ਇੱਕੋ ਹੀ ਪਲੇਟ ਖਾ ਲੈਣੇ ਇਸ ਕਰਕੇ ਚਲ ਆ ਵੀ ਮਾਂ ਦੀ ਠੀਕ ਹੈ ਭਾਂਡਿਆਂ ਦੇ ਤਾਂ ਸਿਰਫ ਇਹਨਾਂ ਦੇ ਇੱਕ ਬਹਾਨੇ ਹੁੰਦੇ ਆ ਇਹ ਨਹੀਂ ਕਹਿੰਦੇ ਕਿ ਮੈਂ ਨਾਲ ਬਹਿ ਕੇ ਰੋਟੀ ਖਾਣੀ ਹੁੰਦੀ ਹੈਗੀ ਆ ਮਾਂਜਣ ਨੂੰ ਤਾਂ ਰੋਟੀ ਰੱਖ ਰੱਖਿਆ ਹੈਗਾ ਆ ਭਾਂਡੇ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਆ ਦੇਖਦੀ ਆ ਇਹਨਾਂ ਦਾ ਨਾਟਕ ਜਿਹਾ ਕਿੰਨੇ ਕੁ ਟਾਈਮ ਤੱਕ ਚੱਲਦਾ ਮੇਰਾ ਨਾਮ ਵੀ ਪ੍ਰੀਤੀ ਹੈ ਜੇ ਇਹਨਾਂ ਨੂੰ ਸੁਧਾਰ ਕੇ ਨਾ ਰਹੀ ਫਿਰ सारा रोटी सब्जी भांडे तुहानू मेनू बिठा रखा है आप चली सूट लैन नू लै है संग शर्म कोई इन्हों पगां नाल मैचिंग करदियां ने सूट जै खाने की भी अग बुझ गई इन्हू भी हूने बुझना सीगा एक तो ला गुस्सा चढ़ा रख दी हूं बुझ गया धुए च मत्था मार नू मैनू रख रखा है आप एक कम करती आ सौ सौ नखरे करती आ मैं तो देखती हाँ मैं तो एक पासे ही करती है मेरा नहीं ग्राएं गुजारा होना है जो सारे काम मेरे से छट के रखे मैं तो अड्ड हो गई हूं तो मैं करती हाँ गल ਪਾਲੀ ਉਦਾਂ ਤੂੰ ਸਵੇਰ ਦੀ ਤਿਆਰ ਹੋਈ ਹੈ ਬਾਹਰ ਤੂੰ ਆ ਨਹੀਂ ਰਹੀ ਕਿਵੇਂ ਤੂੰ ਮੱਛੀ ਬਚਾਈ ਆ ਸੋਨੇ ਤੂੰ ਮੱਛੀ ਵਾਲੀ ਕੀ ਗੱਲ ਆ ਜਾਣਾ ਨਹੀਂ ਹੈਗਾ ਓਹੋ ਤਿਆਰ ਤਾਂ ਹੋ ਗਏ ਹੁਣ ਚੱਲੋ ਚੱਲ ਤੋ ਪ੍ਰੀਤੀ ਇੱਕ ਮਿੰਟ ਰੁਕ ਜਾ ਮੈਂ ਪ੍ਰੀਤੀ ਨਾਲ ਗੱਲ ਕਰ ਆਵਾਂ ਉਹ ਚੱਲ ਜਲਦੀ ਆ ਜਾ ਪ੍ਰੀਤੀ ਹਾਂਜੀ ਦੀਦੀ ਤੈਨੂੰ ਪਤਾ ਨਾ ਗੁੱਡੋ ਦਾ ਵਿਆਹ ਅਸੀਂ ਮੜਾ ਮਾਰਕੀਟ ਚੱਲੇ ਸੀ ਉਹਦੇ ਕਰਕੇ ਸਮਾਨ ਲੈਣ ਨੂੰ ਨਾ ਥੋੜਾ ਟਾਈਮ ਲੱਗ ਜਾਊਗਾ ਐ ਕਰੇ ਤੂੰ ਘਰ ਦੇ ਸਾਰੇ ਕੰਮ ਨਵੇੜ ਲਈ ਜੇ ਹੋ ਸਕੇ ਸਬਜ਼ੀ ਵੀ ਬਣਾ ਲਈ ਰੋਟੀ ਮੈਂ ਆ ਕੇ ਲਾ ਦੂੰਗੀ ਚੱਲ ਠੀਕ ਹੈ ਕੋਈ ਨਾ ਚੱਲ ਬਹਿ ਜਾ ਹੁਣ ਆਹੋ ਨਿਕਲ ਗਈ ਬਾਜ਼ਾਰ ਇੱਕ ਵਾਰ ਵੀ ਹੋਇਆ ਵੀ ਪ੍ਰੀਤੀ ਨੂੰ ਨਾਲ ਲੈ ਜਾਵਾਂ ਮੈਂ ਵੀ ਸੂਟ ਲੈਣ ਨੂੰ ਮੇਰਾ ਦਿਲ ਨਹੀਂ ਕਰਦਾ ਹੈਗਾ ਸੂਟ ਲੈ ਕੇ ਆਉਣ ਨੂੰ ਨਾ ਮੈਨੂੰ ਇਹ ਗੱਲ ਨਹੀਂ ਸਮਝ ਆਂਦੀ ਰੋਟੀ ਮੈਂ ਖੁਦ ਬਣਾ ਲੈਂਦੀ ਬੱਡੀ ਆਈ ਮੈਡਮ ਕਹਿੰਦੀ ਰੋਟੀ ਮੈਂ ਲਾ ਦੂੰਗੀ ਸਭ ਬਹਾਨੇ ਦਾ ਚੋਚਲੇ ਕਰਦੀ ਆ ਇਹ ਨਖਰੇ ਮੈਨੂੰ ਲੈ ਕੇ ਨਹੀਂ ਜਾ ਸਕੀ ਸੂਟ ਵੇਲੇ ਆਉਣ ਦੋ ਮੈਂ ਤਾਂ ਇੱਕ ਪਾਸੇ ਹੀ ਕਰਕੇ ਰਹੂੰਗੀ ਉਹਦੇ ਨਾਲ ਤਾਂ ਜਵਿੱਕੀ ਨਾਲ
मैं एक पासा ही करना है तो कली जनी मैं लगी रहा काम कर आप बेलियो रोटिया तोड़न से सब बहाने बाहर निकल जूगी घूम फिर को लै जू ओनू आया चली आज चली एक बार सानू पुछना है ना विक्की पुछना है ਸੂਟ ਲੈਣ ਬਾਕੀ ਫਿਰ ਕੀ ਹੋ ਗਿਆ
मेरी गल सुन एक मिनट व्याह हूं चढ़िया पहले किन्ने के व्याह सी ये दस ओ यार कितने रोज काम करती है तुसी बिना मतलब बोली जाने सिर मैं तां कदे वीरे देखया नहीं कदे रात दी रोटी पा के दित्ती है जां सवेर दी रोटी पा के दित्ती है ने किसे गल सुन बोबर बोड़े पीछे रख के समझ गया ना ओ वीरे मैं तेरे नाल लड़ना नहीं चाहता सी अड्ड होना ठीक है जाके गल खत्म करो जमी शर्म नहीं हैगी लोका जी कट लो जेड़े चार भांडे ने लोका ही बंड लो जाके करता भूआ फोन बस चढ़ गई बस ठीक है फिर देख लेना करतूत अज ने मेरे पैसे चके ना मैं कितो तेरे पैसे चके ने थोड़ी शकल दिख दी है मैंने तुसी ने मेरे पैसे चके हैं ना विक्की तो पूछे मैंने की पूछे ना विक्की नू पहले फोन लाके पूछ ले मैं तुसी को पैसे तेरे चके का ऊपर ने मुक्कर गया और कहना मैंने चके नहीं है ना पर तेरे कहने मतलब मैं चोर नहीं हैगी तो वो तो लगी जांदा मैंने तो ना तू है कि मैंने चोर नहीं कहता है मैं तेरी शकल दस दिया मैंने अपनी शकल देख ले पहले की चूचे वर की है मैं पैसे चोरी चक के ला रहा हूं तो मैं हवा कर दी है तू बस कर बस कर जा रहा हो ना पर तू सूट ले आई थे सारे इतने सारे ना तो मेरे से हवा कर दिया एक बार भी तो मैन दस मैं नौकरी करा गया खेत इन कम देख खेत कि गल होगी मरता थोड़ी मेन पता कि सवेर तो लैके शाम तक घर का काम यही कर दी रही है चुप कर
मेरी गल सुन, तू कुड़े कर लिया कर रोटी टुकदा, तू तड़की चक लिया कर झाड़ू, नड़े पोचा ला दिया कर, कम बंट के कर लिया कर, लड़ाई पानी जरूरी है। सारे गवांढ च जुलूस कड़ा रखा, उथे मेरे को फोन जाते ने कि थोड़ियां नूहां सारा दिन लड़ी जांदियां ने, सारे गवांढ च नक कटा रखी हैगी। जे मेरी गल सुन लो, अज तो बाद मैनू किसी का खून वग गया जा मैनू पता लग गया भी तुसी लड़ी हो, फिर मेरा थोड़े नाल रिश्ता खत्म। थोड़े मां बाप तो बाद मई तो है जी थोड़े को आनी है। ना ना पुआ, तू ऐ ना गल कर, एक तू तो है जी साढ़े सुख दुख जाके खड़ती है, ताही तो तुसी लड़दी हो भी पुआ ना आवे। देख भूआ, जेड़ा काम तू मेनू कहा कर दे, उस तो बिना मैं नहीं होर कुछ कर दी। फिर मर दी दो भांडे मजा दे मान देगी, पुड़े तू दस। मेरा जूठा खा खा एडा वड्डा होया, तेरे हथां ही पड़े आ सी, आ देख ला जनानी पिछे लग के किवें बोलदा वड्डे भाई नूं। इह तू इतनी जनानी ना चला के बोल भाई, तेरे नाल कोई गल नहीं हैगी, हां छोटियां छोटी बन के रह। मेरी गल सुन लो, तुसी दोनों पिछे लग के लड़े हो, फिर भाई मेथों बुरा कोई नहीं। चल चंगा पुआ, जिवें कहनी होवे ठीक, असीं नहीं लगदे इहनां दे पिछे। ब्याह तों पहलां कदे लड़े सी दसो मैनूं। चल ठीक है पुआ, घर दे विच तां छत्ती गल्लां हो जांदी, अग्गे तों नहीं लड़दे होर की आ। ना हुण तुसी वी चुंगड़ी वर्गा मुंह बनाया, बोल पा कुछ। चल पुआ हुण अग्गे तों असीं वी नहीं लड़दे आ, प्रीति मैनूं माफ कर दे। मेरी मैडम वी माफ कर दे। चल ठीक है, तू चाह बना पुआ वास्ते आई है, बेचारे ने कुछ खादा पीता भी नहीं। चल पुआ मैं सब्जी बनानी है, चाह बना के लेके और रोटी रोटी बनाई है। फिर चंगा चंगा कोई ना, ना हल्की में सारा कुछ लोट हो गया, थोथा एक मिनट नहीं लोट होंदे सी, मैं आके करती हां ना। पुआ साडे छड फुफा ठीक आ? आहो फुफा ठीक आ, ठठ मारदागा। मैनू की पता सीगा वी थोड़ियां लड़ाइयां देखणियां पैणियां मैनू इत्थे आके, ओ तां मैनू जाण नहीं दिंदा सी वी तू की करेंगी जाके लड़ाइयां देखेंगी। प्रीति नूं तंग नहीं करांगे, मिल वंट के काम कर लिया करांगे, होर घर च केड़ा कुछ वंडिया होया दा साडा। सब्जी तां बणी गई, रोटी बनाओ। ਸਤਿ ਸ਼੍ਰੀ ਅਕਾਲ ਜੀ ਤੇ ਅਸਲਾਮ ਵਾਲੇਕੁਮ ਔਰ ਨਮਸਤੇ ਔਰ ਸਭ ਖੈਰਿਤ, ਕਮੈਂਟ ਕਰਕੇ ਜ਼ਰੂਰ ਦੱਸੋ ਔਰ ਜੋ ਸਾਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਆ। ਸੋਨੀਆ ਠਾਕੁਰ, ਮਿਸਟਰ ਗੋਨਾ, ਤਰਸੇਮ ਸਿੰਘ, ਚਿਰਾਗ ਵਰਮਾ, ਜੱਸਾ ਸਿੰਘ ਵਾਲੀਆ, ਸਾਗਣ ਕੌਰ, ਬਿੰਦਰ ਸਿੰਘ, ਮਨਜਿੰਦਰ ਸਿੰਘ, ਕੌਰ ਪਰਮ, ਸਾਰਾ ਚੀਫ, ਜੰਨਤ ਬਰਾੜ, ਮਨਜੀਤ ਕੌਰ ਗਿੱਲ, ਪਲਵਿੰਦਰ ਚੀਮਾ, ਗੁਰਸੇਵਕ ਬਰਾੜ, ਸੰਨੀ ਜੱਸ, ਜੱਸ ਢਿੱਲੋਂ, ਦੀਪ ਘੁਮਾਣ, ਅੰਮ੍ਰਿਤਪਾਲ ਬਰਾੜ, ਪ੍ਰਭ ਗੇਮਿੰਗ, ਹਰਜਿੰਦਰ ਕੌਰ, ਸੁਰਿੰਦਰ ਸ਼ਿੰਦਾ, ਪਾਕ ਵਿਲੇਜ ਹੋਮ, ਗੁਰਪ੍ਰੀਤ ਸਿੰਘ ਬੇਰ, ਰਾਜੂ ਸਿੰਘ, ਯੁਵਰਾਜ ਸਿੰਘ ਮਾਨ, ਮਨੀ ਬਿਰਦੀ, ਸ਼ਾਮ ਰਹੇਜਾ, ਗੋਨਾ, ਦਿਲਬਾਗ ਸਿੰਘ, ਮੋਨਸਟਰ ਗੇਮਿੰਗ, ਮਮਰਾਜ ਚੇਨਾ, ਲਾਡੀ ਸਿੰਘ, ਕਿਰਨ ਬਰਾੜ, ਖੁਸ਼ਪ੍ਰੀਤ ਕੌਰ, ਜਸਵਿੰਦਰ ਬੈਂਸ, ਅਜੀਜ਼, ਗੁਲਾਮ ਹੈਦਰ, ਰੰਧਾਵਾ ਕਿਡਸ, ਖੁਸ਼ਦੀਪ ਕੌਰ, ਕੁਲਵੀਰ ਸਿੰਘ, ਕ੍ਰੀਏਟਿਵ ਚੈਨਲ, ਸਤਪਾਲ ਸਿੰਘ, ਥੈਂਕ ਯੂ ਸੋ ਮਚ ਜੀ ਜਿਹੜੇ ਸਾਨੂੰ ਇੰਨੇ ਇੰਨੇ ਵਧੀਆ ਕਮੈਂਟ ਕਰਦੇ ਨੇ। ਇਵੇਂ ਹੀ ਸਾਨੂੰ ਕਮੈਂਟ ਕਰਦੇ ਰਹੋ, ਪਿਆਰ ਦਿੰਦੇ ਰਹੋ। ਜਿਹਨਾਂ ਦਾ ਨਾਮ ਇਸ ਵੀਡੀਓ ਦੇ ਵਿੱਚ ਨਹੀਂ ਆਇਆ, ਇਸ ਕਮੈਂਟਸ ਦੇ ਵਿੱਚ ਨਹੀਂ ਆਇਆ, ਅਸੀਂ ਅਗਲੇ ਕਮੈਂਟਾਂ ਦੇ ਵਿੱਚ ਜ਼ਰੂਰ ਲਵਾਂਗੇ। ਥੈਂਕ ਯੂ ਸੋ ਮਚ। ਮੇਰੀ ਗੱਲ ਸੁਣ ਲਓ, ਜੇ ਤੁਸੀਂ ਦੋਨਾਂ ਪਿੱਛੇ ਲੱਗ ਕੇ ਲੜੇ ਹੋ, ਦੋਨਾਂ ਪਿੱਛੇ ਕੀ ਜਨਾਨੀਆਂ ਪਿੱਛੇ ਕਹਿਣਾ।